ਸਤਿ ਸ਼੍ਰੀ ਅਕਾਲ ਸ਼ੁਭ ਸਵੇਰ ਦੇ ਨਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਖਾਸ ਬੁਲੇਟਿਨ ਸਤਿ ਸ਼੍ਰੀ ਅਕਾਲ ਜ਼ੀ ਦੇ ਵਿੱਚ ਹੁਣ ਤੱਕ ਦੀਆਂ ਸਾਰੀਆਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਮੈਂ ਹਰਸ਼ਰਨ ਕੌਰ ਤੁਹਾਡੇ ਸਭ ਦੇ ਰੂਬਰੂ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੀਡੀਆ ਦੀ ਆਵਾਜ਼ ਬੰਦ ਕਰਨ ਦੀ ਖਬਰ ਦੇ ਨਾਲ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ 7ਵਾਂ ਦਿਨ ਹੋ ਚੁੱਕਿਆ ਅੱਜ ਨਿੱਜੀ ਕੇਬਲ ਆਪਰੇਟਰ ਵੱਲੋਂ ਪੰਜਾਬ ਦੇ ਵਿੱਚ ਬਲੈਕਆਊਟ ਕੀਤੇ ਜਾਂਦਾ। ਉਸ ਤੋਂ ਬਾਅਦ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਬਣ ਚੁੱਕੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਨਿੱਜੀ ਕੇਬਲ ਆਪਰੇਟਰ ਵੱਲੋਂ ਬਲੈਕਆਊਟ ਕੀਤੇ ਜਾਣ ਦੇ ਖਿਲਾਫ ਰੋਸ ਵੱਧਦਾ ਜਾ ਰਿਹਾ। ਤਿੰਨ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਟੀ ਵੀ ਸਕਰੀਨ 'ਤੇ, ਵੱਖ ਵੱਖ ਥਾਵਾਂ ਦੀਆਂ ਤਸਵੀਰਾਂ ਨੇ। ਹਰ ਵਰਗ, ਸਮਾਜਿਕ ਜਥੇਬੰਦੀਆਂ, ਸਿਆਸੀ ਧਿਰਾਂ ਇਸ ਦੇ ਖਿਲਾਫ ਲਾਮਬੰਦ ਹੋ ਗਈਆਂ ਨੇ ਬਲੈਕਆਊਟ ਦੇ ਖਿਲਾਫ, ਅਤੇ ਅੱਜ ਇਸ ਨੂੰ ਲੈ ਕੇ ਵੱਖ ਵੱਖ ਪੱਧਰ 'ਤੇ ਮੋਰਚਾਬੰਦੀ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਟੀਮ ਇਨਸਾਫ਼ ਕੇਬਲ ਹਟਾਓ ਡਿਸ਼ ਲਵਾਓ ਮੁਹਿੰਮ ਦਾ ਆਗਾਜ਼ ਕਰੇਗੀ, ਜਿਸ ਦੇ ਤਹਿਤ ਲੋਕਾਂ ਨੂੰ ਮੁਫ਼ਤ ਵਿੱਚ ਸੈਟਅਪ ਬਾਕਸ ਵੰਡੇ ਜਾਣਗੇ। ਦੂਸਰੀ ਤਸਵੀਰ ਚੰਡੀਗੜ੍ਹ ਦੀ ਹੈ, ਜਿੱਥੇ ਪੱਤਰਕਾਰ ਭਾਈਚਾਰੇ ਦੇ ਲੋਕ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸੰਪਾਦਕ ਦਿਨੇਸ਼ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਇਸ ਦੇ ਨਾਲ ਨਾਲ ਤੀਸਰੀ ਤਸਵੀਰ ਪਟਿਆਲਾ ਦੀ ਹੈ। ਪਟਿਆਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਨਿੱਜੀ ਕੇਬਲ ਆਪਰੇਟਰ ਦੀ ਮਨਮਾਨੀ ਦੇ ਖਿਲਾਫ਼ ਮਿੰਨੀ ਸਕੱਤਰੇ ਦੇ ਬਾਹਰ ਮੁਜ਼ਾਹਰਾ ਕਰੇਗੀ। ਇਸ ਦੇ ਨਾਲ ਨਾਲ ਆਮ ਲੋਕਾਂ ਵੱਲੋਂ ਵੀ ਪਟਿਆਲਾ ਦੇ ਵਿੱਚ ਬਲੈਕਆਊਟ ਦੇ ਖਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਤਾਲਕੋਟ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਪੰਜਾਬ 'ਚੋਂ ਬਲੈਕਆਊਟ ਕਰਨ ਦੇ ਵਿਰੋਧ ਕਰਨ 'ਤੇ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਵੀ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਅੱਜ ਉਹ ਰੋਸ ਵਜੋਂ ਡਿਸ਼ਾਂ ਵੰਡਣਗੇ ਲੋਕਾਂ ਨੂੰ। ਲੁਧਿਆਣਾ ਤੋਂ ਵਿਧਾਇਕ ਅਤੇ ਟੀਮ ਇਨਸਾਫ਼ ਦੇ ਆਗੂ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਪੁੱਤਰ ਨੂੰ ਬੁੱਧਵਾਰ ਨੂੰ ਤਾਲਕੋਟ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਸਿਮਰਜੀਤ ਸਿੰਘ ਬੈਂਸ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਨਿੱਜੀ ਕੇਬਲ ਆਪਰੇਟਰ ਵੱਲੋਂ ਪੰਜਾਬ ਤੋਂ ਬਲੈਕਆਊਟ ਕੀਤੇ ਜਾਣ ਦਾ ਵਿਰੋਧ ਕਰਨ 'ਤੇ ਗ੍ਰਿਫਤਾਰ ਕੀਤਾ ਸੀ, ਪਰ ਰਿਹਾਅ ਹੋਣ ਤੋਂ ਬਾਅਦ ਵੀ ਬਲੈਕਆਊਟ ਕੀਤੇ ਜਾਣ ਦੇ ਮੁੱਦੇ 'ਤੇ ਸਿਮਰਜੀਤ ਸਿੰਘ ਬੈਂਸ ਦੇ ਤਲਖ ਤੇਵਰ ਬਰਕਰਾਰ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਵੀ ਉਹ ਮੁਜ਼ਾਹਰਾ ਜਾਰੀ ਰੱਖਣਗੇ ਅਤੇ ਲੋਕਾਂ ਨੂੰ ਡਿਸ਼ਾਂ ਵੰਡਣਗੇ। ਜ਼ੀ ਪੰਜਾਬੀ ਦਾ ਧੰਨਵਾਦ ਕਰਦਾ ਹਾਂ ਤੁਹਾਡੇ ਇਸ ਪ੍ਰੋਗਰਾਮ ਦੇ ਜ਼ਰੀਏ। ਕੁੱਲ ਪੰਜਾਬ 'ਚ ਵੱਸਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ, ਮੈਂ ਲੁਧਿਆਣੇ ਸ਼ਹਿਰ ਤੋਂ ਫਾਸਟਵੇ ਦੀਆਂ ਤਾਰਾਂ ਕਟਾਉਣੀਆਂ ਲੋਕਾਂ ਤੋਂ ਸ਼ੁਰੂ ਕਰਨੀਆਂ ਨੇ, ਮੈਂ ਡਿਸ਼ ਵੰਡਣੇ ਸ਼ੁਰੂ ਕਰਨੇ ਅਤੇ ਲੋਕਾਂ ਨੂੰ ਮੋਟੀਵੇਟ ਕਰਨਾ ਕਿ ਸਾਰੇ ਨਾ ਬੇਈਮਾਨਾਂ ਦੀ ਜਿਹੜੀ ਫਾਸਟਵੇ ਬੰਦ ਕਰੋ ਅਤੇ ਐਸੇ ਚੈਨਲ ਦੇਖੋ ਜਿਹੜੇ ਸੱਚਾਈ ਦੀ ਤਸਵੀਰ ਤੁਹਾਡੇ ਸਾਹਮਣੇ ਲੈ ਕੇ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਪੰਜਾਬ ਤੋਂ ਬਲੈਕਆਊਟ ਹੋਣ ਦਾ ਵਿਰੋਧ ਹਰ ਪਾਸੇ ਹੋ ਰਿਹਾ ਹੈ ਅਤੇ ਇਹ ਵਿਰੋਧ ਹਰ ਦਿਨ ਵੱਧਦਾ ਜਾ ਰਿਹਾ ਹੈ। ਬੈਂਸ ਭਰਾਵਾਂ ਵੱਲੋਂ ਇਸ ਵਿਰੋਧ ਨੂੰ ਹੋਰ ਤਿੱਖਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ। ਬਲਦੇਵ ਸ਼ਰਮਾ, ਜ਼ੀ ਮੀਡੀਆ, ਮਾਨਸਾ। ਸੋ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ ਵਿੱਚ ਬਲੈਕਆਊਟ ਕੀਤੇ ਜਾਣ ਦਾ ਵਿਰੋਧ ਹੋਰ ਤੇਜ਼ ਹੋ ਗਿਆ। ਟੀਮ ਇਨਸਾਫ਼ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਲੁਧਿਆਣਾ ਵਿੱਚ ਬਲੈਕਆਊਟ ਦੇ ਵਿਰੋਧ ਵਿੱਚ ਆਵਾਜ਼ ਨੂੰ ਤੇਜ਼ ਕੀਤਾ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦਾ ਵਿਰੋਧ ਲਗਾਤਾਰ ਜਾਰੀ ਹੈ। ਟੀਮ ਇਨਸਾਫ਼ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਲੁਧਿਆਣਾ ਵਿੱਚ ਪ੍ਰਦਰਸ਼ਨ ਕੀਤਾ ਅਤੇ ਨਿੱਜੀ ਕੇਬਲ ਆਪਰੇਟਰ ਦੀ ਦਾਦਾਗਿਰੀ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਵਿਧਾਇਕ ਬਲਵਿੰਦਰ ਬੈਂਸ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ, ਨਾਲ ਹੀ ਸਿਮਰਨਜੀਤ ਬੈਂਸ ਦੇ ਖਿਲਾਫ਼ ਦਰਜ ਪਰਚਿਆਂ ਦੀ ਕਰੜੀ ਨਿੰਦਾ ਕੀਤੀ ਹੈ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੇਬਲ ਹਟਾ ਕੇ ਡਿਸ਼ ਲਗਵਾਉਣ ਦੀ ਅਪੀਲ ਕੀਤੀ ਹੈ। ਡਿਸ਼ ਲਾ ਦਿਆਂਗੇ, ਡਿਸ਼ ਐਂਟੀਨੇ ਲਾਉਣਗੇ ਤੇ ਸਵੇਰੇ ਹੀ ਜਿਹੜਾ ਜੀ ਪੰਜਾਬੀ ਆ ਉਹ ਹਰੇਕ ਘਰ ਦੀ ਕਿਚਨ ਤੱਕ ਬੋਲੂਗਾ। ਆ ਅੰਗਰੇਜ਼ਾਂ ਦੇ ਟਾਈਮ 'ਤੇ ਵੀ ਪ੍ਰੈਸ ਦੀ ਆਜ਼ਾਦੀ ਸੀ, ਪ੍ਰੈਸ ਲਿਖਦੀ ਸੀ, ਲੋਕ ਬੋਲਦੇ ਸੀ, ਐਜੀਟੇਸ਼ਨ ਕਰਦੇ ਸੀ, ਅਤੇ ਉਦੋਂ ਵੀ ਜਿਹੜੀਆਂ ਧਾਰਾਂ 'ਚ ਹੁਣ ਮੁਕੱਦਮਾ ਦਰਜ ਹੋਇਆ ਉਦੋਂ ਵੀ ਕਦੇ ਐਸੀਆਂ ਧਾਰਾਂ ਨਹੀਂ ਸੀ ਲੱਗੀਆਂ। ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਕੇਬਲ 'ਤੇ ਸ਼ੁਰੂ ਕੀਤਾ ਜਾਵੇ। ਜ਼ੀ ਪੰਜਾਬ ਹਰਿਆਣਾ ਹਿਮਾਚਲ ਅਤੇ ਸਿਮਰਨਜੀਤ ਸਿੰਘ ਬੈਂਸ ਦੇ ਸਮਰਥਨ ਵਿੱਚ ਲੋਕਾਂ ਨੇ ਆਈਟੀਆਈ ਚੌਂਕ 'ਤੇ ਵਿਰੋਧ ਪ੍ਰਦਰਸ਼ਨ ਕੀਤਾ। ਫਾਸਟਵੇ ਦੇ ਹੱਕ ਦੇ ਵਿੱਚ ਜੋ ਵੀ ਇਹ ਕੁਛ ਕੀਤਾ ਇਹ ਬਹੁਤ ਮਾੜਾ ਕੀਤਾ ਅਤੇ ਅਸੀਂ ਜੀ ਟੀ ਵੀ ਨੂੰ ਚਾਲੂ ਕਰਾਉਣ ਲਈ ਸਾਨੂੰ ਜੋ ਵੀ ਸੰਘਰਸ਼ ਕਰਨਾ ਪਊਗਾ ਉਹ ਅਸੀਂ ਕਰਾਂਗੇ। ਜਿਹੜੀ ਪ੍ਰੈਸ ਦੀ ਆਜ਼ਾਦੀ ਲਈ ਅਸੀਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਭੇਜਾਂਗੇ ਕਿ ਜਿਹੜਾ ਜੀ ਪੰਜਾਬੀ ਨਿਊਜ਼ ਚੈਨਲ ਬੰਦ ਹੋਇਆ ਇਹਨੂੰ ਜਲਦ ਚੈਨਲ 'ਤੇ ਚਲਾਏ। ਲੁਧਿਆਣਾ ਵਿੱਚ ਬੈਂਸ ਬ੍ਰਦਰਸ ਨੇ ਕਾਰਕੁਨਾਂ ਅਤੇ ਆਮ ਲੋਕਾਂ ਦੇ ਨਾਲ ਮਿਲ ਕੇ ਨਿੱਜੀ ਕੇਬਲ ਆਪਰੇਟਰ ਦੀ ਕਾਰਵਾਈ ਦੇ ਖਿਲਾਫ਼ ਮੋਰਚਾ ਖੋਲਿਆ ਸੀ, ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਨਵੀਨ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ। ਉਧਰ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਕਾਂਗਰਸ ਦੇ ਵਫਦ ਨੇ ਰਾਜਪਾਲ ਨੂੰ ਮਿਲ ਕੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ ਵਿੱਚ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦੇ ਖਿਲਾਫ ਵਿਰੋਧ ਦੇ ਸੁਰ ਬੁਲੰਦ ਹੋਏ। ਇੱਥੇ ਕਾਂਗਰਸ ਕਾਰਕੁਨਾਂ ਨੇ ਸ਼ਾਂਤੀਪੂਰਨ ਧਰਨਾ ਦਿੱਤਾ ਅਤੇ ਕਿਸਾਨ ਨੇਤਾ ਇੰਦਰਜੀਤ ਸਿੰਘ ਜੀਰਾ ਦੀ ਅਗਵਾਈ ਵਿੱਚ ਰਾਜਪਾਲ ਦੇ ਦਰਬਾਰ ਵਿੱਚ ਜਾ ਕੇ ਨਿੱਜੀ ਕੇਬਲ ਆਪਰੇਟਰ ਦੀ ਮਨਮਰਜ਼ੀ ਦੀ ਸ਼ਿਕਾਇਤ ਕੀਤੀ। ਉਹਨਾਂ ਕਿਹਾ ਕਿ ਰਾਜਪਾਲ ਨੇ ਮਾਮਲੇ ਵਿੱਚ ਦਖਲ ਦੇ ਕੇ ਮਸਲੇ ਨੂੰ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਸਿੱਧਾ ਡਾਇਰੈਕਟ ਦਖਲ ਦੇ ਕੇ ਵਿੱਚ ਸਰਕਾਰ ਦੇ ਉਹਨਾਂ ਦੇ ਵਿੱਚ ਦਖਲ ਦੇ ਕੇ ਇਹਦਾ ਫੈਸਲਾ ਜਿਹੜਾ ਮੈਂ ਜਲਦੀ ਤੋਂ ਜਲਦੀ ਕਰਾਵਾਂਗਾ ਔਰ ਜੋ ਤੁਹਾਡੇ ਨਾਲ ਵਧੀਕੀਆਂ ਹੋਈਆਂ ਨੇ ਉਹਨਾਂ ਦਾ ਵੀ ਫੈਸਲਾ ਕਰਾਵਾਂਗਾ। ਅਤੇ ਅਜਿਹਾ ਨਾ ਹੋਣ ਤੇ ਇੱਕ ਹਫ਼ਤੇ ਬਾਅਦ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਏਗਾ। ਟੀਵੀ ਨੂੰ ਚਾਲੂ ਨਾ ਕੀਤਾ ਜਾਂ ਉਹਨਾਂ ਅਫਸਰਾਂ ਵਿਰੁੱਧ ਐਕਸ਼ਨ ਨਾ ਲਿਆ ਤੇ ਫਿਰ ਅਸੀਂ ਇੱਕ ਹਫ਼ਤੇ ਤੋਂ ਸੈਂਕੜੇ ਸਾਥੀਆਂ ਸਮੇਤ ਮੈਂ ਇੱਥੇ ਤੁਹਾਡੇ ਗੇਟ ਤੇ ਜੋ ਮਰਜ਼ੀ ਹੋਵੇ ਮੈਂ ਧਰਨਾ ਲਾ ਕੇ ਬਹਿ ਜਾਵਾਂਗਾ। ਜੀਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਕੇਬਲ ਆਪਰੇਟਰ ਦੀਆਂ ਸੇਵਾਵਾਂ ਦਾ ਬਾਈਕਾਟ ਕਰਕੇ ਡਿਸ਼ ਲਗਵਾਉਣ ਤਾਂ ਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਜ਼ਰੀਏ ਸੂਬੇ ਦਾ ਸੱਚ ਵੇਖਿਆ ਜਾ ਸਕੇ। ਜਿਹੜੀਆਂ ਹੁਣ ਹੀ ਕਹਿੰਦੇ ਹਾਂ ਕਿ ਇਹਨਾਂ ਦੇ ਬਾਦਲਾਂ ਦੀ ਕੇਬਲ ਦਾ ਬਾਈਕਾਟ ਕਰੋ। ਜਿਹੜੇ ਜਿਹੜੇ ਵੀਰ ਡਿਸ਼ ਲਵਾ ਸਕਦੇ ਨੇ ਜਿਨ੍ਹਾਂ ਡਿਸ਼ਾਂ 'ਤੇ ਜ਼ੀ ਪੰਜਾਬੀ ਚੱਲਦਾ ਉਹ ਡਿਸ਼ਾਂ ਲਵਾਓ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦਾ ਮਕਸਦ ਸਿਰਫ ਅਤੇ ਸਿਰਫ ਆਮ ਲੋਕਾਂ ਦੀ ਆਵਾਜ਼ ਨੂੰ ਅੰਜਾਮ ਤੱਕ ਪਹੁੰਚਾਉਣਾ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਜਾਰੀ ਰੱਖਿਆ ਜਾਵੇਗਾ। ਚੰਡੀਗੜ੍ਹ ਤੋਂ ਬਾਅਦ ਪਟਿਆਲਾ ਦੀ ਗੱਲ ਕਰੀਏ ਤਾਂ ਇੱਥੇ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਆਮ ਜਨਤਾ ਸੜਕਾਂ ਉੱਤੇ ਉਤਰੀ ਤੇ ਆਪਣੀ ਆਵਾਜ਼ ਬੁਲੰਦ ਕੀਤੀ ਕਿਉਂਕਿ ਜਮਹੂਰੀਅਤ ਵਿੱਚ ਜਨਤਾ ਨਾ ਸਿਰਫ ਆਪਣੇ ਹੱਕਾਂ ਲਈ ਲੜਨਾ ਜਾਣਦੀ ਹੈ ਬਲਕਿ ਆਪਣੇ ਹਿੱਤਾਂ ਦੀ ਰਾਖੀ ਕਰਨ ਵਾਲਿਆਂ ਨੂੰ ਵੀ ਪਛਾਣਦੀ ਹੈ। ਇਹ ਆਵਾਜ਼ ਉਸ ਆਵਾਮ ਦੀ ਹੈ ਜਿਹੜੀ ਸੱਚ ਸੁਣਨਾ ਜਾਣਦੀ ਹੈ ਅਤੇ ਸੱਚ ਦੇ ਹੱਕ ਵਿੱਚ ਆਵਾਜ਼ ਚੱਕਣਾ ਵੀ। ਇਹ ਮੰਗ ਲੋਕਤੰਤਰ ਦੇ ਚੌਥੇ ਸਤੰਭ ਨੂੰ ਬਚਾਉਣ ਦੀ ਹੈ ਜਿਸ ਨੂੰ ਡਿਗਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਜਿਹੜਾ ਹੁਣ ਤੱਕ ਜਨਤਾ ਦੀ ਆਵਾਜ਼ ਬਣਿਆ ਅੱਜ ਜਨਤਾ ਉਸੇ ਦੀ ਆਵਾਜ਼ ਬਣ ਚੁੱਕੀ ਹੈ। ਪਟਿਆਲਾ ਵਿੱਚ ਪ੍ਰਦਰਸ਼ਨ ਕਰ ਰਹੇ ਇਹ ਲੋਕ ਪ੍ਰੈਸ ਦੀ ਆਜ਼ਾਦੀ ਦੀ ਮੰਗ ਕਰ ਰਹੇ ਨੇ। ਨਾ ਸਿਰਫ ਆਮ ਜਨਤਾ ਸਗੋਂ ਜਨਤਾ ਦੇ ਨੁਮਾਇੰਦੇ ਵੀ ਇਸੇ ਕਦਮ ਦੀ ਨਿੰਦਾ ਕਰ ਰਹੇ ਨੇ ਅਤੇ ਚੈਨਲ ਨੂੰ ਪੰਜਾਬ ਵਿੱਚ ਬਲੈਕਆਊਟ ਕਰਨ ਨੂੰ ਸਰਕਾਰ ਦੀ ਬੁਖਲਾਹਟ ਦੱਸ ਰਹੇ ਨੇ। ਜੋ ਪੰਜਾਬ ਸਰਕਾਰ ਵੱਲੋਂ ਜੀ ਪੰਜਾਬ ਚੈਨਲ ਬੰਦ ਕੀਤਾ ਗਿਆ ਹੈਗਾ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਸਰਕਾਰ ਨੇ ਜਿਹੜੀ ਪ੍ਰੈਸ ਦੀ ਆਜ਼ਾਦੀ ਹੈਗੀ ਇਲੈਕਟ੍ਰੋਨਿਕ ਅਤੇ ਮੀਡੀਆ ਦੀ ਉਹ 'ਤੇ ਹਮਲਾ ਬੋਲਿਆ ਹੈਗਾ। ਇਸ ਤੋਂ ਪਹਿਲਾਂ ਡੇ ਐਂਡ ਨਾਈਟ ਚੈਨਲ 'ਤੇ ਅਤੇ ਉਸ ਤੋਂ ਪਹਿਲਾਂ ABP ਸਾਂਝਾ 'ਤੇ ਇਹਨਾਂ ਨੇ ਲਗਾਤਾਰ ਜਿਹੜਾ ਸਰਕਾਰੀ ਦਹਿਸ਼ ਦਾ ਜਿਹੜਾ ਕੁਹਾੜਾ ਚਲਾਇਆ ਹੈਗਾ ਹੈ ਜਿਹੜਾ ਕਿ ਗੈਰ ਜਮਹੂਰੀ ਹੈ ਗੈਰ ਲੋਕਤੰਤਰਕ ਹੈ ਔਰ ਜਿਹੜੀ ਪ੍ਰੈਸ ਦੀ ਆਜ਼ਾਦੀ ਹੈਗੀ ਹੈ ਉਹਦੀ ਘੋਰ ਉਲੰਘਣਾ ਹੈਗੀ ਹੈ। ਇਹਨਾਂ ਨੇ ਆਪਣੇ ਪੈਰਾਂ ਦੇ ਆਪ ਕੁਹਾੜਾ ਮਾਰ ਰਹੇ ਨੇ ਔਰ ਆਪਣੇ ਜਿਹੜੀ ਜਿੰਨੇ ਪਹਿਲਾਂ ਵੀ ਸਰਕਾਰ ਲੋਕਾਂ ਨੂੰ ਨਿਖੜੀ ਹੋਈ ਹੈ ਉਸੇ ਵਰਤਾਰੇ ਨੂੰ ਹੋਰ ਵਧਾ ਦੇ ਰਹੇ ਨੇ। ਮੈਨੂੰ ਲੱਗਦਾ ਅਕਾਲੀ ਦਲ ਨੇ ਸਵੀਕਾਰ ਕਰ ਲਿਆ ਕਿ ਆ ਸਾਡੀ ਹੁਣ ਹਾਰ ਨਿਸ਼ਚਿਤ ਹੈਗੀ ਹੈ। ਇਸੇ ਕਰਕੇ ਇੱਦਾਂ ਦੇ ਜਿਹੜੇ ਧੱਕੜ ਕਦਮ ਹੈ ਜਾਬਰ ਕਦਮ ਹੈਗੇ ਆ ਉਹ ਜਮਹੂਰੀ ਲਹਿਰਾਂ ਦੇ ਜਿਹੜੇ ਕਾਰਕੁਨ ਹੈਗੇ ਜਾਂ ਜੋ ਜਮਹੂਰੀਅਤ ਦੇ ਕਾਰਕੁਨ ਹੈਗੇ ਜੋ ਪ੍ਰੈਸ ਦੀ ਆਜ਼ਾਦੀ ਦੇ ਰਾਖੇ ਨੇ ਉਹਨਾਂ ਦੇ ਅਜਿਹੇ ਧੱਕੜ ਕਦਮ ਚੁੱਕੇ ਜਾ ਰਹੇ ਨੇ ਜਿਹਦੇ ਮੈਂ ਬਹੁਤ ਸਖ਼ਤ ਨਿਖੇਧੀ ਕਰਦਾ ਜੀ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਨੂੰ ਸੂਬੇ ਵਿੱਚ ਮੀਡੀਆ ਐਮਰਜੈਂਸੀ ਦੱਸਿਆ ਹੈ। ਪੰਜਾਬ ਸਰਕਾਰ ਦੇ ਮੰਤਰੀ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਨੂੰ ਗਲਤ ਕਰਾਰ ਦੇ ਰਹੇ ਨੇ। ਕੋਲ ਬੜਾ ਵੱਡਾ ਧੱਕਾ ਜੀ ਪੰਜਾਬੀ ਨਾਲ। ਜੀ ਪੰਜਾਬੀ ਇੱਕ ਇਹੋ ਜਿਹਾ ਇਹ ਮੀਡੀਆ ਐਮਰਜੈਂਸੀ ਆ, ਇਹ ਬਿਲਕੁਲ ਮੀਡੀਆ ਐਮਰਜੈਂਸੀ, ਕਿਉਂਕਿ ਇੱਕ ਹੀ ਚੈਨਲ ਸੀ ਜਿਹੜਾ ਪੰਜਾਬ ਦੀ ਸਹੀ ਤਸਵੀਰ ਜਿਹੜੀ ਆ ਲੋਕਾਂ ਦੇ ਅੱਗੇ ਪੇਸ਼ ਕਰਦਾ ਸੀ। ਸ਼ਾਮ ਨੂੰ ਲੋਕ ਜਦੋਂ ਡਿਬੇਟ ਆਉਂਦੀ ਸੀ ਸਾਰੇ ਲੋਕ ਟੈਲੀਵਿਜ਼ਨ ਆਪਣਾ ਲਾ ਲੈਂਦੇ ਸੀ। ਕਦੇ ਨਹੀਂ ਕਰਨਾ, ਬੰਦ ਕਰਨਾ ਅੱਛੀ ਗੱਲ ਹੈ। ਚਲੋ ਠੀਕ ਹੈ, ਮੀਡੀਆ ਮੀਡੀਆ ਦੇ ਵਿੱਚ ਇੱਕ ਆਈਨਾ ਅਸੀਂ ਤਾਂ ਕਹਿੰਦੇ ਸਾਫ ਦਰਪਣ ਹੈ, ਦਿਖਾਇਆ ਜਾਏ ਉਹਦੇ ਵਿੱਚ ਠੀਕ ਹੈ। ਹਾਲਾਤ ਦੇ ਵਿੱਚ ਕੋਈ ਜ਼ਿਆਦਾ ਬੜ ਚੜ ਕੇ ਵੀ ਗੱਲ ਆ ਜਾਂਦੀ ਹੈ, ਪਰ ਮੈਂ ਨਹੀਂ ਕਹਿੰਦਾ ਬੰਦ ਕਰਨਾ ਕੋਈ ਅੱਛੀ ਗੱਲ ਹੈ। ਇੱਕ ਹਫ਼ਤੇ ਤੋਂ ਜ਼ਿਆਦਾ ਵਕਤ ਲੰਘ ਚੁੱਕਿਆ ਹੈ, ਪੰਜਾਬ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਨਿੱਜੀ ਕੇਬਲ ਨੈਟਵਰਕ 'ਤੇ ਬਲੈਕਆਊਟ ਕਰ ਦਿੱਤਾ ਗਿਆ। ਆਮ ਜਨਤਾ ਤੋਂ ਲੈ ਕੇ ਸਿਆਸਤਦਾਨਾਂ ਤੱਕ ਹਰ ਕੋਈ ਆਮ ਜਨਤਾ ਦੇ ਸਰੋਕਾਰਾਂ ਨੂੰ ਸੱਚਾਈ ਦੇ ਨਾਲ ਵਿਖਾਉਣ ਵਾਲੇ ਚੈਨਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਮੰਗ ਕਰ ਰਿਹਾ। ਪਟਿਆਲਾ ਤੋਂ ਅਵਤਾਰ ਗਿੱਲ ਤੇ ਚੰਡੀਗੜ੍ਹ ਤੋਂ ਜਗਤਾਰ ਭੁੱਲਰ ਦੇ ਨਾਲ ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ।
ਲੁਧਿਆਣਾ ਪਟਿਆਲਾ ਚੰਡੀਗੜ੍ਹ ਦੇ ਨਾਲ ਨਾਲ ਫਰੀਦਕੋਟ ਵਿੱਚ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕੀਤੇ ਜਾਣ ਦਾ ਵਿਰੋਧ ਯੂਥ ਕਾਂਗਰਸ ਵੱਲੋਂ ਕੀਤਾ ਗਿਆ ਤੇ ਰੋਸ ਵਜੋਂ ਹਾਈਵੇ ਜਾਮ ਕੀਤਾ ਗਿਆ। ਹੱਥਾਂ 'ਚ ਬੈਨਰ ਲਏ ਇੰਨੇ ਯੂਥ ਕਾਂਗਰਸ ਦੇ ਵਰਕਰ ਜੋ ਮੰਗ ਰਹੇ ਨੇ ਮੀਡੀਆ ਦੀ ਆਜ਼ਾਦੀ। ਇੱਕ ਨਿੱਜੀ ਕੇਬਲ ਆਪਰੇਟਰ ਵੱਲੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ ਵਿੱਚ ਬਲੈਕਆਊਟ ਕੀਤੇ ਜਾਣ ਦਾ ਵਿਰੋਧ ਕਰ ਰਹੇ ਨੇ। ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਕੇਬਲ ਆਪਰੇਟਰ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਨੈਸ਼ਨਲ ਹਾਈਵੇ 15 ਨੂੰ ਜਾਮ ਕੀਤਾ ਤੇ ਹਾਈਵੇ 'ਤੇ ਹੀ ਧਰਨਾ ਦਿੱਤਾ। ਮੁਜ਼ਾਹਰਾ ਕਰ ਰਹੇ ਯੂਥ ਕਾਂਗਰਸ ਦੇ ਵਰਕਰਾਂ ਦੀ ਮੰਗ ਸੀ ਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਫਿਰ ਤੋਂ ਕੇਬਲ 'ਤੇ ਦਿਖਾਇਆ ਜਾਏ। ਮੀਡੀਆ ਦੀ ਆਵਾਜ਼ ਹੈ ਜਿਹੜੀ ਇਹ ਬੰਦ ਕਰ ਰਹੇ ਦਿਨੋਂ ਦਿਨ, ਮੀਡੀਆ ਨੂੰ ਧੱਕੇ ਸਹੀ ਕਰ ਰਹੇ ਆ ਬਾਦਲ ਸਰਕਾਰ। ਅੱਜ ਮੀਡੀਆ ਦੇ ਹੱਕ 'ਚ ਅਸੀਂ ਮੀਡੀਆ ਦੀ ਆਵਾਜ਼ ਬੁਲੰਦ ਕਰਨ ਲਈ ਨੌਜਵਾਨ ਪਾਰਟੀ ਨੂੰ ਯੂਥ ਕਾਂਗਰਸ ਵੱਲੋਂ ਅਸੀਂ ਧਰਨਾ ਲਾਇਆ। ਨਿੱਜੀ ਕੇਬਲ ਆਪਰੇਟਰ ਵੱਲੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਪੰਜਾਬ ਵਿੱਚ ਬਲੈਕਆਊਟ ਕੀਤੇ ਜਾਣ ਕਰਕੇ ਹਰ ਕਿਤੇ ਰੋਸ ਹੈ ਤੇ ਰੋਸ ਸਿਆਸੀ ਗਲਿਆਰਿਆਂ ਦੇ ਨਾਲ ਨਾਲ ਸੜਕਾਂ 'ਤੇ ਵੀ ਵੱਡੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਦੇਵਾਨੰਦ ਸ਼ਰਮਾ, ਜ਼ੀ ਮੀਡੀਆ, ਫਰੀਦਕੋਟ। ਸੋ ਸੰਸਦ ਤੋਂ ਲੈ ਕੇ ਸੜਕ ਤੱਕ, ਸੜਕ ਤੋਂ ਲੈ ਕੇ ਸੰਸਦ ਤੱਕ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਮੁੜ ਤੋਂ ਕੇਬਲ 'ਤੇ ਚਾਲੂ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਦਰਮਿਆਨ ਕਈ ਸਾਂਸਦਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਸੂਬਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਜ਼ੀ ਪੰਜਾਬ ਹਰਿਆਣਾ ਹਿਮਾਚਲ 'ਤੇ ਨਿੱਜੀ ਕੇਬਲ ਆਪਰੇਟਰ ਦੀ ਪਾਬੰਦੀ ਨੂੰ MPs ਨੇ ਵੀ ਦੁਰਭਾਗਪੂਰਨ ਕਰਾਰ ਦਿੱਤਾ ਹੈ। ਲੋਕ ਸਭਾ MP ਦਪਿੰਦਰ ਹੁੱਡਾ ਨੇ ਇਸ ਦੀ ਕੜੀ ਨਿਖੇਧੀ ਕੀਤੀ ਹੈ। ਕਿਸੇ ਵੀ ਮਜ਼ਬੂਤ ਪ੍ਰਜਾਤੰਤਰਿਕ, ਅਗਰ ਮਜ਼ਬੂਤ ਪ੍ਰਜਾਤੰਤਰਿਕ ਪ੍ਰਣਾਲੀ ਦਾ ਦੇਸ਼ ਹੋ, ਉਸਕੀ ਹਰ ਹਾਲਤ ਮੇਂ ਸੁਰੱਖਿਆ ਹੋਣੀ ਚਾਹੀਏ। ਤੋ ਮੈਂ ਇਸ ਪ੍ਰਕਾਰ ਕੀ ਕਾਰਵਾਈ ਕੋ ਕੀ ਨਿੰਦਾ ਕਰਤਾ ਹੂੰ ਔਰ ਇਸਕੋ ਅੱਛਾ ਨਹੀਂ ਮਾਨਤਾ। ਤੁਰੰਤ ਜ਼ੀ ਪੰਜਾਬ ਕੋ ਦੁਬਾਰਾ ਸੇ ਦਰਸ਼ਕੋ ਕੇ ਬੀਚ ਮੇਂ ਲਾਇਆ ਜਾਏ, ਐਸੀ ਮੇਰੀ ਮੰਗ ਹੈ। MP ਰੇਣੂਕਾ ਚੌਧਰੀ ਤਾਂ ਬਾਕਾਇਦਾ ਨਸੀਹਤ ਦਿੰਦੇ ਨਜ਼ਰ ਆਏ। ਉਹਨਾਂ ਨੇ ਇਸ ਮੁੱਦੇ 'ਤੇ ਜੰਮ ਕੇ ਖਿਚਾਈ ਕੀਤੀ ਹੈ। ਉਹ ਡਰ ਕੇ ਮਾਰੇ ਇਹ ਸਭ ਹਰਕਤ ਕਰਤੇ ਰਹੇ ਤੋ ਉਨਕੇ ਮੰਤਰੀਆਂ ਜਾਂ ਕੇਂਦਰ ਮੇਂ ਬੈਠੇ ਹੈ ਉਨਕੋ ਸ਼ਰਮ ਨਹੀਂ ਆਤੀ ਹੈ ਕਿ ਆਪਣੇ ਰਾਜ ਮੇਂ ਐਸੇ ਗੈਰ ਕਾਨੂੰਨੀ ਕਾਮ ਚਲਤੇ ਰਹਿਤੇ ਹੈ ਔਰ ਵੋ ਸਰਕਾਰ ਸੇ ਆਕਰ ਇਹ ਯਹਾਂ ਮੰਤਰੀ ਬਣ ਕੇ ਸਾਰੇ ਫਾਇਦਾ ਉਠਾਤੇ ਹੈ। ਹਿਮਾਚਲ ਦੇ ਮੰਡੀ ਤੋਂ BJP MP ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਜ਼ੀ ਪੰਜਾਬ ਹਰਿਆਣਾ ਹਿਮਾਚਲ ਆਮ ਲੋਕਾਂ ਦੀ ਆਵਾਜ਼ ਹੈ ਅਤੇ ਇਸ ਨੂੰ ਬੰਦ ਕਰਨਾ ਕਿਸੇ ਦੇ ਹੱਕ ਵਿੱਚ ਨਹੀਂ ਹੈ। ਕਿਉਂਕਿ ਜੋ ਮੀਡੀਆ ਚੌਥਾ ਸਤੰਭ ਮਾਨਾ ਜਾਤਾ ਹੈ ਉਸਕੋ ਇਸ ਤਰ੍ਹਾਂ ਬੰਦ ਕਰ ਦੇਣਾ, ਬੈਨ ਕਰ ਦੇਣਾ, ਇਹ ਕਿਸੇ ਵੀ ਸਰਕਾਰ ਕਿਸੇ ਰਾਜ ਸੱਤਾ ਦੇ ਪਕਸ਼ ਮੇਂ ਨਹੀਂ ਜਾਤਾ। ਰਾਜ ਸਭਾ MP KTS ਤੁਲਸੀ ਨੇ ਵੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਬਲੈਕਆਊਟ ਕਰਨ ਦੀ ਕਾਰਵਾਈ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ। ਇਹ ਸੰਵਿਧਾਨ ਕਾ ਉਲੰਘਨ ਹੈ ਸਰਾਸਰ। ਇਹ ਜੋ ਮੋਨੋਪੋਲੀ ਕ੍ਰੀਏਟ ਕੀ ਹੋਈ ਹੈ ਸਰਕਾਰ ਨੇ ਮੀਡੀਆ, ਇਲੈਕਟ੍ਰੋਨਿਕ ਮੀਡੀਆ ਕੇ, ਉਸਕੋ ਚੁਣੌਤੀ ਦੇਣੀ ਚਾਹੀਏ ਔਰ ਉਨਕੋ ਸਬਕ ਸਿਖਾਉਣਾ ਚਾਹੀਏ। MP ਪ੍ਰਮੋਦ ਤਿਵਾਰੀ ਨੇ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਮੈਂ ਇਸੇ ਅਨੁਚਿਤ ਮਾਨਤਾ ਹੂੰ ਕਿਉਂਕਿ ਲੋਕਤੰਤਰ ਕੇ 4 ਸਤੰਭ ਹੈ ਜਿਸ ਮੇਂ ਮੀਡੀਆ ਇੱਕ ਮਜ਼ਬੂਤ ਸਤੰਭ ਹੈ ਔਰ ਮੈਂ ਇਸ ਕੀ ਆਲੋਚਨਾ ਕਰਤਾ ਹੂੰ। ਵਹਾਂ ਭਾਜਪਾ ਔਰ ਅਕਾਲੀ ਦਲ ਕੀ ਮਿਲੀ ਜੁਲੀ ਸਰਕਾਰ ਹੈ, ਮੈਂ ਇਸ ਮੇਂ ਭਾਜਪਾ ਔਰ ਅਕਾਲੀ ਦਲ ਦੋਨੋਂ ਕੀ ਆਲੋਚਨਾ ਕਰਤਾ ਹੂੰ। ਪੰਜਾਬ 'ਚ ਇਸ ਤੋਂ ਪਹਿਲਾਂ ਵੀ ਨਿੱਜੀ ਕੇਬਲ ਆਪਰੇਟਰ ਆਪਣਾ ਦਬਦਬਾ ਬਣਾਏ ਰੱਖਣ ਦੇ ਲਈ ਅਜਿਹੇ ਹੱਥਕੰਡੇ ਅਪਣਾਉਂਦਾ ਰਿਹਾ ਹੈ, ਪਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਇਸ ਵਾਰ ਸੱਚ ਨੂੰ ਚੁੱਕਣ ਨਹੀਂ ਦੇਵੇਗਾ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ।